ਉੱਥੇ 4-5 ਕਿਲੋਮੀਟਰ ਅੱਗੇ ਰੁਕੇ ਆ। ਇੱਥੇ ਬਹੁਤ ਹੀ ਵਧੀਆ ਲੋਕੇਸ਼ਨ ਸੀ, ਸੋਚਿਆ 2 ਮਿੰਟ ਬੈਠ ਗਏ ਇੱਥੇ, ਅਤੇ ਇੱਥੇ ਅਸੀਂ ਖਾਣ ਵਾਸਤੇ ਕੁਛ ਬਣਾਉਣ ਲੱਗੇ ਸੀਗੇ। ਸੁਬਹਾ ਦਾ ਕੋਈ ਖਾਧਾ ਨਹੀਂ ਸੀ, ਜਿਉਂ ਚੱਲੇ ਹਾਂ ਭੁੱਖ ਬਹੁਤ ਲੱਗੀ ਸੀ, ਅਸੀਂ ਮੈਗੀ ਲੈ ਕੇ ਆਏ ਸੀਗੇ ਰਸਤੇ 'ਚੋਂ, ਅਤੇ ਮੈਗੀ ਬਣਾਉਣ ਲੱਗੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਦਾ ਪ੍ਰੋਸੈਸ। ਮੈਗੀ ਖਾ ਕੇ ਫਿਰ ਚੱਲਦੇ ਹਾਂ ਅੱਗੇ, ਹੁਣ ਤਾਂ ਥੋੜ੍ਹੀ ਦੂਰ ਰਿਵਾਟ ਰਹੇਗੀ, ਮਸਾਂ 30-35 ਕਿਲੋਮੀਟਰ ਕੱਢਾਂਗੇ ਅੱਜ, ਆਨੰਦਪੁਰ ਸਾਹਿਬ ਰੁਕਾਂਗੇ ਅਤੇ ਅੱਗੇ ਦੀ ਅਪਡੇਟ ਤਾਂ ਅਸੀਂ ਦਿੰਦੇ ਹਾਂ ਤੁਹਾਨੂੰ, ਵੀਡੀਓ 'ਚ ਬਣੇ ਰਹੋ। ਅੰਡਿਆਂ ਦੀ ਕਟਿੰਗ ਹੋ ਰਹੀ ਹੈ ਅਤੇ ਮੈਗੀ ਲੱਗੇ ਸੀ ਬਣਾਉਣ, ਮੈਗੀ ਬਣ ਲੱਗੀ ਆ। ਇੱਧਰ ਗੰਡੇ ਗੁੰਡੇ ਪੂਰੇ ਰੈਡੀ ਆ ਦੋਸਤੋ, ਦੇਖੋ ਇੱਧਰ ਲੱਗ ਰਿਹਾ ਤੜਕਾ, ਪਾਣੀ ਨਾਲ ਤੜਕਾ ਲਾ ਰਿਹਾ ਹੈਰੀ ਮਾਡਲ, ਉੱਥੇ ਹੀ ਮਾਡਲ ਹੁੰਦਾ, ਇੱਥੇ ਤਾਂ ਹੁਣ ਇਹ ਬਣਿਆ ਵਾ ਦੇਖ, ਲਾਂਗਰੀ ਬਣਿਆ ਵਾ, ਲਾਂਗਰੀ ਵੀ ਆ ਤੇ ਮਾਡਲ ਵੀ ਆ ਤੇ ਭੰਗੜਤੀ ਵੀ ਆ, ਸਾਰਾ ਕੁਝ ਹੀ ਆ। ਹੋ ਗਿਆ ਰੈਡੀ, ਥੋੜਾ ਜਿਹਾ ਵਾਲ ਹੀ ਬਾਕੀ ਆ, ਖਾਣੇ ਆ ਮੈਗੀ ਫਿਰ, ਕਹਿੰਦਾ ਮੈਗੀ ਵੀ ਏਦਾਂ ਹੀ ਲੱਗੂਗੀ ਮਤਲਬ, ਦੁੱਧ ਦੀਆਂ ਸੇਵੀਆਂ ਖਾਈ ਜਾਂਦੇ ਹਾਂ, ਕਿਉਂਕਿ ਸੁਬਹਾ ਦੀ ਭੁੱਖ ਬਹੁਤ ਲੱਗੀ ਸੀ। ਗੁਰਦੁਆਰਾ ਸਾਹਿਬ 'ਚ ਲੰਗਰ ਉਦੋਂ ਚਾਲੂ ਨਹੀਂ ਸੀਗਾ, ਅਸੀਂ ਸੁਬਹਾ ਜਲਦੀ ਚੱਲ ਪਏ ਸੀਗੇ। ਬਾਬਾ ਜੀ ਕਹਿੰਦੇ ਕਹਿੰਦੀ ਚਾਹ ਪੀ ਲਓ, ਮੈਂ ਚਲ ਚਾਹ ਪੀ ਕੇ ਟਾਈਮ ਸਾਰ ਲੈਂਦੇ ਹਾਂ, ਹੋਰ ਤਾਂ ਨਹੀਂ ਕੁਛ। ਲੈ ਵੀ ਦੋਸਤੋ ਲੱਗ ਗਿਆ ਤੜਕਾ, ਹੈਗੀ ਰੈਡੀ ਆ, ਉੱਧਰ ਟ੍ਰੇਨ ਵੀ ਲੰਘ ਰਹੀ ਆ ਨਾਲ ਦੀ, ਮੈਗੀ ਦਾ ਕਰਨ ਲੱਗਿਆ ਟੇਸਟ ਕਿਵੇਂ ਬਣੀ ਆ। ਨਹਿਰ ਦੇ ਕਿਨਾਰੇ 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 ਤੇ ਬਹੁਤ ਨਜ਼ਾਰਾ, ਇੱਧਰ ਇੱਧਰ ਆਪਣਾ ਯਾਮਾ ਖੜਾ, ਯਾਮਾ ਓਲਡ ਯਾਮਾ, ਤੇ ਇਹ ਰੋਡ ਆ ਜੀ ਆਨੰਦਪੁਰ ਸਾਹਿਬ ਨੂੰ ਜਾ ਰਿਹਾ। ਚੱਲ ਪਏ ਆ ਫਿਰ 2 ਮਿੰਟ ਰੈਸਟ ਕਰਕੇ, ਠੰਡਾ ਪਾਣੀ ਪੀ ਕੇ ਲੈਮਣ, ਤੇ ਰਸਤੇ ਦੇ ਵਿੱਚ ਤੁਹਾਨੂੰ ਵਿਊ ਦਿਖਾਉਂਦੇ ਆ। ਹੁਣ ਉਹ ਜਾਂਦਾ ਸਾਡਾ ਹੈਰੀ ਮਾਡਲ, ਤੇ ਇੱਧਰ ਚਾਰੇ ਪਾਸੇ ਪੂਰੀ ਮੌਸਮ ਬਹਾਰ, ਠੰਡੀ ਠੰਡੀ ਹਵਾ ਚੱਲ ਰਹੀ ਆ, ਧੁੱਪ ਤਾਂ ਜ਼ਰੂਰ ਹੈ, ਬਾਹਰ ਨਜ਼ਾਰਾ ਬਹੁਤ ਆ ਰਿਹਾ ਸਾਈਕਲ ਤੇ, ਸਾਈਕਲ ਦੇ ਵਿਊ ਵੀ ਦੇਖਣ ਲਈ ਬਹੁਤ ਮਿਲ ਰਹੇ ਆ, ਅੱਗੇ ਦੇ ਵਿਊ ਅਸੀਂ ਤੁਹਾਨੂੰ ਉੱਥੇ ਪਹਾੜੀ ਏਰੀਏ 'ਚ ਜਾ ਕੇ ਦਿਖਾਵਾਂਗੇ। ਪਹਿਲਾਂ ਆਨੰਦਪੁਰ ਸਾਹਿਬ ਸਟੇਅ ਕਰਦੇ ਹਾਂ, ਉੱਥੇ ਗੁਰਦੁਆਰਾ ਸਾਹਿਬ 'ਚ ਦਰਸ਼ਨ ਕਰਾਂਗੇ, 1-2 ਦਿਨ ਰੈਸਟ ਕਰਾਂਗੇ। ਆਹ ਪੁਲ ਕਰਕੇ ਕ੍ਰੋਸ, ਇੱਥੇ ਦੇਖੋ ਸਾਨੂੰ ਪਹਾੜੀ ਏਰੀਆ ਸ਼ੁਰੂ ਹੋ ਗਿਆ, ਪਹਾੜ ਸਾਹਮਣੇ ਆਉਣ ਲੱਗ ਗਏ, ਦੇਖੋ ਹੁਣ ਐਨਰਜੀ ਸਹੀ ਵਾਲਾ, ਵਾਕਈ ਐਨਰਜੀ ਆ ਇੱਥੇ, ਇੱਧਰ ਵਿਊ ਬਹੁਤ ਆ, ਇੱਧਰ ਨਦੀ ਆ ਦੇਖੋ ਨੀਲੇ ਪਾਣੀ ਵਾਲੀ,
ਹਰਾ ਨੀਲਾ ਮਿਕਸ ਆ, ਤੇ ਇੱਧਰ ਵੀ ਪਹਾੜ ਆ ਗਏ। ਉਸ ਤੋਂ ਅਸੀਂ ਅਨੰਦਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਪਹੁੰਚ ਗਏ ਹਾਂ। ਆਹ ਰਸਤੇ ਵਿੱਚ ਦੇਖੋ ਇੱਕ ਨਦੀ ਚੱਲ ਰਹੀ ਹੈ, ਨਹਿਰ, ਬਹੁਤ ਹੀ ਸੁੰਦਰ ਵਿਊ ਹੈ। ਇੱਧਰ ਬਸ ਆ ਸਾਹਮਣੇ ਦੇਖੋ ਜੀ, ਇੱਧਰ ਅਨੰਦਪੁਰ ਸਾਹਿਬ ਆ, ਮਨਾਲੀ 237 ਕਿਲੋਮੀਟਰ ਰਹਿ ਗਿਆ, ਅਤੇ ਬਸ ਅਸੀਂ ਰਸਤੇ ਚੱਲਦੇ ਹੀ ਆ ਰਹੇ ਹਾਂ। ਸੋਚਿਆ ਆਹ ਵੀ ਵਿਊ ਤੁਹਾਡੇ ਨਾਲ ਸਾਂਝਾ ਕਰ ਦਈਏ। ਦੋਸਤੋ ਅਸੀਂ ਅਨੰਦਪੁਰ ਸਾਹਿਬ ਪਹੁੰਚ ਗਏ ਹਾਂ ਜੀ, ਗੁਰਦੁਆਰਾ ਕਿਲ੍ਹਾ ਸਾਹਿਬ, ਇੱਥੇ ਅਸੀਂ ਰੁਕੇ ਹਾਂ ਜੀ। ਇਹ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ, ਅਤੇ ਨਿਸ਼ਾਨ ਸਾਹਿਬ ਜੀ, ਅਤੇ ਇੱਧਰ ਨਾਲ ਹੀ ਗੁਰਦੁਆਰਾ ਕਿਲ੍ਹਾ ਸਾਹਿਬ ਦੀਆਂ ਪੁਰਾਣੀਆਂ ਇੱਟਾਂ ਜੋ ਅੱਜ ਵੀ ਉੱਥੇ ਮੌਜੂਦ ਹਨ, ਅਤੇ ਇੱਧਰ ਗੁਰਦੁਆਰਾ ਸਾਹਿਬ ਦਾ ਤੁਸੀਂ ਦਰਸ਼ਨ ਪੂਰਾ ਕਰ ਸਕਦੇ ਹੋ। ਅਤੇ ਇੱਧਰ ਬੋਲੀ ਸਾਹਿਬ ਆ, ਜਿੱਥੇ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ, ਇਸ ਦਾ ਵੀ ਅਸੀਂ ਵੀਡੀਓ ਨਹੀਂ ਬਣਾਈ, ਤਾਂ ਅੱਗੇ ਤੁਸੀਂ ਵੀਡੀਓ 'ਚ ਦੇਖੋਗੇ। ਮਾਤਾ ਸਾਹਿਬ ਕੌਰ ਜੀ ਤਪ ਸਥਾਨ, ਇੱਥੇ ਇੱਕ ਜਗ੍ਹਾ ਬਣੀ ਆ ਮਾਤਾ ਸਾਹਿਬ ਕੌਰ ਜੀ ਦੀ ਤਪ ਸਥਾਨ ਦੀ, ਇਹ ਤੁਸੀਂ ਵੀਡੀਓ ਵਿੱਚ ਜੋ ਦੇਖ ਰਹੇ ਹੋ। ਅਤੇ ਨੈਣਾ ਦੇਵੀ ਮੰਦਰ ਪਹਾੜੀ ਆ ਜੋ ਸਭ ਤੋਂ ਟੋਪ 'ਤੇ ਹੈ। ਇਸ ਟਾਈਮ ਤੁਹਾਨੂੰ ਰਾਤ ਦਾ ਵਿਊ ਦਿਖਾ ਰਹੇ ਹਾਂ, ਕੱਲ੍ਹ ਨੂੰ ਦਿਨ ਵੇਲੇ ਤੁਹਾਨੂੰ ਇਹਦਾ ਮੰਦਰ ਦਿਖਾਵਾਂਗੇ ਉੱਪਰ ਜਾ ਕੇ ਰਾਤ ਵੀ। ਦੋਸਤੋ ਇੱਧਰ ਅਨੰਦਪੁਰ ਸਾਹਿਬ ਦੇ ਬਾਹਰਲੇ ਪਾਸੇ ਬਾਜ਼ਾਰ ਦੇ ਵਿੱਚ ਬਹੁਤ ਹੀ ਸੁੰਦਰ ਜਗਮਗ ਕਰਦਾ ਝੂਲਾ ਲੱਗਿਆ, ਅਤੇ ਇੱਧਰ ਦੇਖੋ ਢਲਾਣ ਆ, ਬਾਜ਼ਾਰ ਆ ਗਿਆ ਜੀ। ਇੱਧਰ ਗੁਰਦੁਆਰਾ ਸਾਹਿਬ ਉੱਪਰ ਆਈ, ਅਤੇ ਚੱਲਦੇ ਹਾਂ ਬਾਜ਼ਾਰ ਦੇ ਵਿੱਚ, ਤੁਹਾਨੂੰ ਦਿਖਾਉਂਦੇ ਹਾਂ ਬਾਜ਼ਾਰ ਦੀ ਸੁੰਦਰਤਾ। ਦੋਸਤੋ ਇਹ ਗੁਰਦੁਆਰਾ ਅਨੰਦਪੁਰ ਸਾਹਿਬ ਦੇ ਬਾਹਰ ਦੁਕਾਨਾਂ ਹੈ ਜੋ ਤੁਸੀਂ ਕੋਈ ਖਰੀਦਦਾਰੀ ਵੀ ਕਰ ਸਕਦੇ ਹੋ, ਜਿਵੇਂ ਕਿ ਕੱਪੜੇ, ਕੋਲਡ ਡਰਿੰਕ ਵਗੈਰਾ, ਹਰ ਇੱਕ ਚੀਜ਼ ਜੋ ਤੁਹਾਨੂੰ ਬਾਜ਼ਾਰ ਦੇ ਵਿੱਚ ਅਵੇਲੇਬਲ ਮਿਲ ਜੂ। ਬੱਚਿਆਂ ਦੇ ਖਿਡੌਣੇ ਵੀ ਮਿਲਦੇ ਹਨ, ਅਤੇ ਸੂਟ, ਹੋਰ ਜੋ ਵੀ ਕੋਈ ਆਪਣੇ ਘਰੇਲੂ ਚੀਜ਼ਾਂ, ਹਰ ਇੱਕ ਚੀਜ਼ ਇੱਥੇ ਮਿਲ ਸਕਦੀ ਹੈ ਤੁਹਾਨੂੰ ਬਾਜ਼ਾਰ ਦੇ ਵਿੱਚ। ਸ਼ਾਮ ਦੇ ਟਾਈਮ ਤਾਂ ਬਹੁਤ ਘੱਟ ਸੰਗਤਾਂ ਦਾ ਘੱਟ ਹੁੰਦਾ। ਅਤੇ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ 'ਚ, ਬਣੇ ਰਹੋ। ਸੁਬਹਾ ਅਸੀਂ ਤੁਹਾਨੂੰ ਮਾਤਾ ਨੈਣਾ ਦੇਵੀ ਮੰਦਰ ਦਾ ਦਰਸ਼ਨ ਵੀ ਕਰਵਾਵਾਂਗੇ, ਅਤੇ ਹੁਣ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ। ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ 'ਚ, ਤਾਂ ਲਾਈਕ ਸਬਸਕ੍ਰਾਈਬ ਅਤੇ